ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੰਟਰਸਟਿੰਗ ਫੈਕਟਸ ਬਾਰੇ, ਅਤੇ ਹੁਣ ਗੱਲ ਕਰਦੇ ਹਾਂ ਪਹਿਲੇ ਫੈਕਟ ਬਾਰੇ। ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਹਾਥੀ ਆਪਣੀ ਸੁੰਡ ਵਿੱਚ ਕਿੰਨਾ ਪਾਣੀ ਰੱਖ ਸਕਦਾ ਹੈ। ਇਸ ਦਾ ਆਂਸਰ ਹੈ 5 ਲੀਟਰ ਪਾਣੀ ਰੱਖ ਸਕਦਾ ਹੈ ਹਾਥੀ ਆਪਣੀ ਸੁੰਡ ਵਿੱਚ। ਅਤੇ ਹੁਣ ਗੱਲ ਕਰਦੇ ਹਾਂ ਦੂਜੇ ਇੰਟਰਸਟਿੰਗ ਫੈਕਟ ਬਾਰੇ। ਅਸਮ ਗੁਹਾਟੀ ਵਿੱਚ ਇੱਕ ਸਕੂਲ ਹੈ ਜਿੱਥੇ ਟਿਊਸ਼ਨ ਫੀਸ ਨਹੀਂ ਲਈ ਜਾਂਦੀ, ਬਲਕਿ ਟਿਊਸ਼ਨ ਫੀਸ ਦੇ ਬਦਲੇ ਕੁਝ ਪਲਾਸਟਿਕ ਦਾ ਕਚਰਾ ਲਿਆ ਜਾਂਦਾ ਹੈ, ਜਿਸ ਨਾਲ ਸਫਾਈ ਵੀ ਹੋ ਜਾਂਦੀ ਹੈ ਅਤੇ ਬੱਚੇ ਵੀ ਪੜ੍ਹ ਲੈਂਦੇ ਨੇ। ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਵੇਗੀ। ਧੰਨਵਾਦ।